ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬਠਿੰਡਾ ਵਿਆਹ ਸਮਾਰੋਹ ਤੋਂ ਜਲੰਧਰ ਵਾਪਸ ਪਰਤ ਰਹੇ ਇੱਕੋ ਹੀ ਪਰਿਵਾਰ ਦੇ 4 ਲੋਕ ਹੋਏ ਸੜਕ ਹਾਦਸੇ ਦਾ ਸ਼ਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਕੋਟਕਪੁਰਾ ਮੋਗਾ ਰੋਡ ਦੇ ਉੱਤੇ ਇੱਕ ਦਰਦਨਾਕ ਹਾਦਸਾ ਹੋਇਆ। ਇੱਕ ਕਾਰ ਬੇਕਾਬੂ ਹੋ ਕੇ ਪੇੜ ਵਿੱਚ ਜਾ ਵੱਜੀ। ਇਸ ਕਾਰ ਵਿੱਚ ਇੱਕ ਹੀ ਪਰਿਵਾਰ ਦੇ 4 ਲੋਕ ਮੌਜੂਦ ਸਨ। ਜਾਣਕਾਰੀ ਮੁਤਾਬਕ ਜਲੰਧਰ ਰਾਮਾ ਮੰਡੀ ਦਾ ਰਹਿਣ ਵਾਲਾ ਇਹ ਪਰਿਵਾਰ ਬਠਿੰਡਾ ਇੱਕ ਵਿਆਹ ਸਮਾਰੋਹ ਤੇ ਗਿਆ ਹੋਇਆ ਸੀ ਅਤੇ ਵਿਆਹ ਸਮਾਰੋਹ ਤੋਂ ਵਾਪਸ ਜਲੰਧਰ ਪਰਤ ਰਹੇ ਸਨ, ਪਰ ਵਾਪਸੀ ਤੇ ਅਚਾਨਕ ਹੀ ਸਮਾਲਸਰ ਦੇ ਕੋਲ ਕਾਰ ਚਾਲਕ ਦੀ ਅੱਖ ਲੱਗ ਗਈ, ਜਿਸ ਕਰਕੇ ਕਾਰ ਬੇਕਾਬੂ ਹੋ ਕੇ ਇੱਕ ਪੇੜ ਨਾਲ ਜਾ ਟਕਰਾਈ, ਜਿਸ ਦੇ ਵਿੱਚ ਕਾਰ ਚਾਲਕ, ਉਸ ਦੀ ਪਤਨੀ ਅਤੇ ਦੋਨੋਂ ਬੱਚੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। 108 ਐਂਬੂਲੈਂਸ ਤੇ ਕਾਲ ਕਰਨ ਉਪਰੰਤ ਜ਼ਖਮੀਆਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਦਾ ਇਲਾਜ ਕਰ ਰਹੇ ਡਾਕਟਰ ਸਰਬਦੀਪ ਸਿੰਘ ਨੇ ਦੱਸਿਆ ਕਿ ਅੱਜ 108 ਐਂਬੂਲੈਂਸ ਜ਼ਰੀਏ ਇੱਕ ਰੋਡ ਹਾਦਸੇ ਦੇ ਵਿੱਚ ਸ਼ਿਕਾਰ ਹੋਏ 4 ਵਿਅਕਤੀਆਂ ਨੂੰ ਉਨ੍ਹਾਂ ਦੇ ਕੋਲ ਲਿਆਂਦਾ ਗਿਆ ਸੀ, ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਗੰਭੀਰ ਹਾਲਤ ਦੇ ਚਲਦਿਆਂ ਉਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀਆਂ ਦੇ ਵਿੱਚ ਪਤੀ ਪਤਨੀ ਕਪਿਲ ਪੱਲਵੀ ਅਤੇ ਉਨ੍ਹਾਂ ਦੇ 2 ਬੱਚੇ, ਲੜਕੀ ਪ੍ਰਿਆ ਅਤੇ ਬੇਟਾ ਇਰਸ਼ਤ ਸ਼ਾਮਿਲ ਸਨ, ਜੋ ਕਿ ਜਲੰਧਰ ਰਾਮਾ ਮੰਡੀ ਦੇ ਰਹਿਣ ਵਾਲੇ ਸਨ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਅਤੇ ਡਾਕਟਰ ਨੇ ਕੀ ਕਿਹਾ, ਆਓ ਮਾਰਦੇ ਹਾਂ ਇੱਕ ਨਜ਼ਰ। ਹਾਂਜੀ, ਅੱਜ ਕੋਟਪੁਰਾ ਸਾਈਡ ਤੋਂ ਇੱਕ ਜਲੰਧਰ ਨੂੰ ਗੱਡੀ ਜਾ ਰਹੀ ਸੀ, ਸਟੀਲੋ ਗੱਡੀ। ਉਹਦੇ 'ਚ ਇੱਕ ਪਰਿਵਾਰ ਦੇ ਮੈਂਬਰ ਸੀ, ਉਹ ਕਿਸੇ ਮੈਰਿਜ ਤੋਂ, ਰਾਤ ਦੀ ਮੈਰਿਜ ਤੋਂ ਆ ਰਹੇ ਸੀਗੇ। ਤਾਂ ਉਹ 'ਚ ਜਿਹੜਾ ਪਤਾ ਲੱਗਿਆ ਵੀ ਡਰਾਈਵਰ ਦੀ ਅੱਖ ਲੱਗ ਗਈ ਸੀ, ਉਹਦੇ ਕਰਕੇ ਉਹ ਤੋਂ ਗੱਡੀ ਬੇਕਾਬੂ ਹੋ ਕੇ ਸਾਈਡ 'ਚ ਖਤਾਨਾ ਜਾ ਪਈ, ਜਿਹਦੇ ਕਰਕੇ ਇਹਨਾਂ ਦੇ ਕਾਫੀ ਸੀਰੀਅਸ ਇੰਜਰੀਜ਼ ਹੈ। ਇਹਨਾਂ ਨੂੰ ਹੋਸਪਿਟਲ ਭੇਜ ਦਿੱਤਾ ਗਿਆ ਅਤੇ ਉੱਥੇ ਜੇਰੇ ਇਲਾਜ। ਇੱਕ ਮੇਜਰ ਰੋਡ ਸਾਈਡ ਐਕਸੀਡੈਂਟ ਦੇ ਦੌਰਾਨ 4 ਪੇਸ਼ੈਂਟ ਸਾਡੇ ਕੋਲ ਐਡਮਿਟ ਹੋਏ ਸੀਗੇ ਐਮਰਜੈਂਸੀ ਦੇ ਵਿੱਚ, ਨੀਅਰ ਟੂ ਸਮਾਲਸਰ ਪਲੇਸ ਆਫ ਹੈਪਨਿੰਗ, ਡਿਸਟ੍ਰਿਕਟ ਮੋਗਾ। ਉਸ ਤੋਂ ਬਾਅਦ 108 ਐਂਬੂਲੈਂਸ ਵਾਲੇ ਉਹ ਸਾਡੇ ਕੋਲ ਇੱਥੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਇੱਕ ਸਿਵਲ ਹੋਸਪਿਟਲ ਕੋਟਕਪੁਰਾ ਲੈ ਕੇ ਆਏ ਸੀਗੇ। ਉਸ ਤੋਂ ਬਾਅਦ ਫਸਟ ਏਡ ਦੇਣ ਤੋਂ ਬਾਅਦ ਇਹਨਾਂ ਨੂੰ GGS ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ ਹੈਗਾ ਡਿਊ ਟੂ ਸਮ ਮੇਜਰ ਇੰਜਰੀਜ਼। ਉਸ ਤੋਂ ਬਾਅਦ ਫਰਦਰ ਜੋ ਵੀ ਹੈਗਾ ਉਹ ਉੱਥੇ ਮੈਡੀਕਲ ਕਾਲਜ ਦੇ ਵਿੱਚ ਇਹਨਾਂ ਦੀ ਜੋ ਵੀ ਫਰਦਰ ਟ੍ਰੀਟਮੈਂਟ ਹੈ ਉਹ ਉੱਥੇ ਚੱਲ ਰਿਹਾ। ਕਿਤਨੇ ਲੋਕ? 4 ਬੰਦੇ ਸੀਗੇ ਜੀ, ਇੱਕ ਨੇਮਡ ਕਪਿਲ, ਉਸ ਤੋਂ ਬਾਅਦ ਪੱਲਵੀ ਐਂਡ ਪ੍ਰੀਆ, ਐਂਡ ਇੱਕ ਬੱਚਾ 10 ਸਾਲ ਦਾ ਇੱਛਿਤ। ਰਾਮਾ ਮੰਡੀ ਜਲੰਧਰ ਕੈਂਟ। ਗੁਰੂ ਪਿਆਰਿਓ, ਅਕਸਰ ਵੇਖਿਆ ਜਾਂਦਾ ਹੈ ਕਿ ਅਗਰ ਅਸੀਂ ਲੌਂਗ ਡਰਾਈਵ 'ਤੇ ਜਾਂਦੇ ਹਾਂ ਜਾਂ ਕਿਸੇ ਵੀ ਸਮਾਰੋਹ ਦੇ ਉੱਤੇ ਲੰਮਾ ਸਮਾਂ ਬਿਤਾਉਂਦੇ ਹਾਂ ਤਾਂ ਅਸੀਂ ਬਹੁਤ ਥੱਕ ਜਾਂਦੇ ਹਾਂ, ਪਰ ਅਗਰ ਪੂਰਾ ਪਰਿਵਾਰ ਸਾਡੇ ਨਾਲ ਹੈ ਅਤੇ ਅਸੀਂ ਵਾਪਸੀ ਕਰਨ ਲੱਗਿਆਂ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਸਾਨੂੰ ਨੀਂਦ ਆ ਰਹੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੱਡੀ ਰੋਕ ਕੇ ਜਾਂ ਤਾਂ ਆਰਾਮ ਕਰ ਲਈਏ ਜਾਂ ਅੱਖਾਂ 'ਤੇ ਪਾਣੀ ਦੇ ਛਿੱਟੇ ਮਾਰ ਕੇ ਗੱਡੀ ਨੂੰ ਅੱਗੇ ਤੋਰੀਏ, ਕਿਉਂਕਿ ਅਸੀਂ ਚਾਹੇ ਇਕੱਲੇ ਹਾਂ ਜਾਂ ਸਾਡੇ ਨਾਲ ਪੂਰਾ ਪਰਿਵਾਰ ਹੈ, ਜੇਕਰ ਪਰਿਵਾਰ ਦੇ ਇੱਕ ਜੀ ਨੂੰ ਵੀ ਕੁਝ ਹੁੰਦਾ ਹੈ ਤਾਂ ਸਾਰੇ ਦੇ ਸਾਰੇ ਪਰਿਵਾਰ ਨੂੰ ਹੀ ਵਿਪਤਾ ਪੈਂਦੀ ਹੈ, ਦੁੱਖ ਸਾਰੇ ਪਰਿਵਾਰ ਨੂੰ ਝੇਲਣਾ ਪੈਂਦਾ ਹੈ। ਇਸ ਲਈ ਹਰ ਕਿਸੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਗੱਡੀ ਜਦੋਂ ਵੀ ਚਲਾਈ ਜਾਵੇ ਇੱਕ ਤਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਕੇ ਚਲਾਈ ਜਾਵੇ ਅਤੇ ਦੂਸਰਾ ਰਫ਼ਤਾਰ ਦਾ ਧਿਆਨ ਰੱਖਿਆ ਜਾਵੇ, ਅਤੇ ਜੇਕਰ ਤੁਸੀਂ ਅਨੀਂਦੇ ਹੋ ਤਾਂ ਨੀਂਦ ਦੇ ਵਿੱਚ ਵੀ ਗੱਡੀ ਚਲਾਉਣਾ ਕਿਸੇ ਪਾਸਿਓਂ ਅਕਲਮੰਦੀ ਨਹੀਂ ਹੋਵੇਗੀ, ਕਿਉਂਕਿ ਅਜਿਹਾ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ। ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਫਰੀਦਕੋਟ ਤੋਂ ਨਰੇਸ਼ ਸੇਠੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ
ਡਰਿੰਕ ਕਰੋ।